ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਨੇ ਦਿੱਲੀ ਦੇ ਸਿੱਖਾਂ ਵਾਸਤੇ ਤੁਗਲਕੀ ਫਰਮਾਨ ਕੀਤਾ ਕਿ ਤੁਸੀਂ ਗੁਰਦੁਆਰੇ ਚ ਕਿਵੇਂ ਜਾਓਗੇ ਕਿੰਨੇ ਵਜੇ ਜਾਓਗੇ ਰੋहिणी ਦੇ ਇਲਾਕੇ ਦੀ ਸੰਗਤ ਦੇ ਗੁਰਦੁਆਰੇ ਵਾਸਤੇ ਉੱਥੋਂ ਦੇ ਐਸਡੀਐਮ ਸ਼ਹਿਜ਼ਾਦ ਆਲਮ ਨੇ ਇੱਕ ਫਰਮਾਨ ਜਾਰੀ ਕੀਤਾ ਹੈ ਕਿਉਂਕਿ ਸਾਡੇ ਮੈਂਬਰ ਨੇ ਔਰ ਸਿੰਘ ਸਭਾ ਨੇ ਉੱਥੋਂ ਦਾ ਆਮ ਆਦਮੀ ਪਾਰਟੀ ਦਾ ਸਾਥ ਨਹੀਂ ਦਿੱਤਾ ਇਸ ਕਰਕੇ ਕੀ ਫੈਸਲਾ ਕੀਤਾ ਗੁਰਦੁਆਰੇ ਦੇ ਵਾਸਤੇ ਕਿ ਗੁਰਦੁਆਰੇ ਚ ਕੇਵਲ ਸ਼ਾਮ ਨੂੰ 10 ਲੋਕ ਜਾ ਸਕਦੇ ਨੇ ਸਵਾ 7 ਤੋਂ ਸਵਾ 8 ਇਤਵਾਰ ਵਾਲੇ ਦਿਨ ਅੱਧਾ ਘੰਟਾ ਹੋਰ ਮੈਂ ਇਜਾਜ਼ਤ ਦੇ ਦਿੰਦਾ ਕਿ ਸਵੇਰੇ ਜਾ ਸਕਦੇ ਨੇ 9:30 ਤੋਂ 7:30 ਔਰ ਬੀਬੀਆਂ ਕੇਵਲ ਬੀਬੀਆਂ ਕੇਵਲ ਵੀਰਵਾਰ ਨੂੰ ਜਾਇਆ ਕਰਨਗੀਆਂ 3:30 ਤੋਂ 5:30 ਔਰ 10 ਲੋਕਾਂ ਤੋਂ ਜ਼ਿਆਦਾ ਲੋਕ ਨਹੀਂ ਹੋਣਗੇ ਇਹ ਫਰਮਾਨ ਪਹਿਲਾਂ ਸਾਡੇ ਖਿਲਾਫ ਮੁਗਲ ਜਾਰੀ ਕਰਦੇ ਸੀ ਹੁਣ ਆਮ ਆਦਮੀ ਪਾਰਟੀ ਕਰ ਰਹੀ ਆ ਮੈਂ ਇਸ ਦੀ ਜਾਣਕਾਰੀ ਲੈਫਟਨੈਂਟ ਗਵਰਨਰ ਸਾਹਿਬ ਦੇ ਧਿਆਨ 'ਚ ਵੀ ਲਿਆਉਂਦੀ ਆ ਚੀਫ ਸੈਕਟਰੀ ਸਾਹਿਬ ਦੇ ਧਿਆਨ 'ਚ ਵੀ ਲਿਆਉਂਦੀ ਆ ਔਰ ਮੈਂ ਸੰਗਤਾਂ ਨੂੰ ਸ਼ੋਰ ਕਰਨਾ ਚਾਹੁੰਨਾ ਹੈ ਇੱਥੇ ਔਰੰਗਜ਼ੇਬ ਵਰਗੇ ਜ਼ਖਰੀਆ ਖਾਨ ਵਰਗੇ ਸਾਡੇ ਖਿਲਾਫ ਫਰਮਾਨ ਨਾਲ ਆ ਲੈ ਆ ਸਕੇ ਇਸ ਐਸਡੀਐਮ ਦੀ ਔਕਾਤ ਨਹੀਂ ਹੈਗੀ ਇਸ ਐਸ.ਡੀ.ਐਮ ਦੀ ਔਕਾਤ ਨਹੀਂ ਹੈਗੀ ਕਿ ਸਾਡੇ ਕਿਸੇ ਗੁਰੂ ਘਰ ਦੇ ਉੱਤੇ ਪ੍ਰਬੰਧੀ ਲਗਾ ਸਕੇ ਇਹ ਜਿੰਨਾ ਮਰਜੀ ਕੋਸ਼ਿਸ਼ ਕਰ ਲੇ ਅੱਜ ਹੀ ਆਰਡਰ ਰੱਦ ਕਰਾਉਂਗਾ ਕਿਸੇ ਸੂਰਤ ਅੰਦਰ ਲਾਗੂ ਨਹੀਂ ਹੋਣ ਦਊਗਾ ਹਾਂ ਇੱਕ ਕੰਮ ਜ਼ਰੂਰ ਆ ਐਸ.ਡੀ.ਐਮ ਸਾਹਿਬ ਇਹ ਤੁਹਾਨੂੰ ਦੱਸਣਾ ਚਾਹੁੰਨਾ ਹੈ ਤੁਹਾਨੂੰ ਨਹੀਂ ਇਸ ਕੁਰਸੀ ਤੇ ਰਹਿਣ ਦੇਵਾਂਗੇ ਜੇ ਅਸੀਂ ਗੁਰੂ ਦੇ ਸੱਚੇ ਸਿੱਖ ਹੋਵਾਂਗੇ ਤੇ ਜਾਂ ਹੁਣ ਤੁਸੀਂ ਰਹੋਗੇ ਤੇ ਜਾਂ ਅਸੀਂ ਰਵਾਂਗੇ ਤੁਹਾਨੂੰ ਸਾਬਤ ਕਰਕੇ ਦਿਖਾਵਾਂਗੇ